ਜੈ ਗੁਰੂ ਜੀ ਜੈ ਗੁਰੂ ਜੀ ਗੁਰੂ ਜੀ ਨੂੰ ਤੇ ਸਾਰੀ ਸੰਗਤ ਨੂੰ ਮੇਟਾ ਕੋਟੀ ਕੋਟੀ ਪ੍ਰਣਾਮ ਅੱਜ ਸਾਡਾ ਦੇਸ਼ ਜਾਂ ਦੁਨੀਆ ਹੀ ਬੜੇ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ ਕਰ ਕਰ ਕਰੋਨਾ ਪੋਜ਼ਿਟਿਵ ਹੋਇਆ ਹੋਇਆ ਇਸ ਮੌਕੇ ਦੇ ਉੱਤੇ ਸਾਨੂੰ ਗੁਰੂ ਜੀ ਦੀ ਬਲੇਸਿੰਗਸ ਬਹੁਤ ਜ਼ਰੂਰੀ ਚਾਹੀਦੀਆਂ ਨੇ ਤੇ ਮੈਨੂੰ ਮੌਕਾ ਮਿਲਿਆ ਕਿ ਮੈਂ ਗੁਰੂ ਜੀ ਦੀ ਬਲੇਸਿੰਗਸ ਜੋ ਗੁਰੂ ਜੀ ਨੇ ਮੈਨੂੰ ਸਿਖਾਇਆ ਜੋ ਮੈਨੂੰ ਉਹਨਾਂ ਨੇ ਦੱਸਿਆ ਮੈਂ ਗੁਰੂ ਜੀ ਤੁਹਾਨੂੰ ਦੱਸਾਂ ਕਿ ਗੁਰੂ ਜੀ ਕਿਦਾਂ ਇਹ ਕਰੋਨਾ ਮਹਾਮਾਰੀ ਤੋਂ ਸਾਨੂੰ ਵਿਚਾਰ ਰਹੇ ਨੇ ਤੁਸੀਂ ਵਿਸ਼ਵਾਸ ਕਰੋ ਗੁਰੂ ਜੀ ਤੇ ਕਿ ਗੁਰੂ ਜੀ ਮੈਂ ਤੁਹਾਨੂੰ ਤੁਸੀਂ ਮੇਰੇ satsang ਵਿੱਚ ਤਾਂ ਲਗਭਗ ਸੁਣੀ ਹੋਣਗੇ ਕਿ ਗੁਰੂ ਜੀ ਸਾਖਸ਼ਾ ਸਿਬੋਲੇ ਨਾ ਜੀ ਕਰੂ ਸੀ ਉਹਨਾਂ ਨੇ ਇਨਸਾਨੀਅਤ ਇਨਸਾਨ ਦੇ ਰੂਪ ਵਿੱਚ ਜਨਮ ਲਿਆ ਮੈਂ ਉਹਨਾਂ ਨੂੰ ਆਪਣੇ ਅੱਖਾਂ ਦੇ ਨਾਲ ਸ਼ਿਬ भोलेनाथ અવਤਾਰ ਜੀ ਦੇ ਰੂਪ ਵਿੱਚ ਲਿਖਿਆ ਸੀ 1970 ਦੇ ਵਿੱਚ ਤੇ ਇਸੇ ਲਈ ਮੈਂ ਦਾਅਵੇ ਨਾ ਕਹਿਣਾ ਕਿ ਜਦੋਂ ਅਸੀਂ ਗੁਰੂ ਜੀ ਦਾ ਕੋਈ ਮੰਤਰ ਜਾਪ ਜਾਂ ਉਹਨਾਂ ਦਾ ਜਲ ਪ੍ਰਸ਼ਾਦ ਜਾਂ ਉਹਨਾਂ ਦਾ ਦਿਲੋਂ ਯਾਦ ਕਰਦੇ ਹਾਂ ਤਾਂ ਗੁਰੂ ਜੀ ਸਾਨੂੰ ਬles ਕਰਦੇ ਨੇ ਤੇ ਸਾਡੇ ਕਸ਼ਟ ਵੀ ਕੱਢਦੇ ਨੇ ਮੈਂ ਤੁਹਾਨੂੰ ਹੁਣ ਦੱਸ ਦੇਣਾ ਚਾਹਨਾ ਸ਼ਾਰਟ ਦੇ ਵਿੱਚ ਕਿ ਮੇਰਾ ਤੇ ਗੁਰੂ ਜੀ ਦਾ ਬਹੁਤ ਪਿਆਰ ਸੀ ਬਹੁਤ ਦੋਸਤੀ ਦੀ ਇਕੱਠੇ ਪੜ੍ਹਦੇ ਸੀ ਇਕੱਠੇ ਸਕੂਲ ਆਣਾ ਜਾਣਾ ਮੈਂ ਤੇ ਗੁਰੂ ਜੀ ਤਕਰੀਬਨ 16-17 ਸਾਲ ਇੱਕ ਮੰਜੀ ਤੇ ਸੌਂਦੇ ਰਹੇ ਹਾਂ ਪਰ ਗੁਰਜੀ ਆਪਣਾ ਭੇਟ ਨਹੀਂ ਸੀ ਦਿੰਦੇ ਕਦੇ ਵੀ ਉਹ ਸਿਰਫ ਆਪਣੀ ਮਹਿਮਾ ਛੁਪਾ ਕੇ ਰੱਖਦੇ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਨਿਰਮਲ ਸਿੰਘ ਜੋ ਕਿ ਮਾਤਾ ਸਰਜੀਤ ਕੌਰ ਦੇ ਪੇਟੋਂ ਬੱਚਾ ਹੈ ਇਹ ਸਾक्षात ਸ਼ਿਵ ਮੋਲੇ ਨਾਹਜੀ ਦਾ ਰੂਪ ਹੈ ਪਰ ਉਹਨਾਂ ਦੀ ਮਹਿਮਾ ਛੁਪੀ ਨਹੀਂ ਰਹੀ ਅੱਜ ਸਾਰਾ ਜੱਗ ਜਾਣਦਾ ਹੈ ਮੈਂ ਤਾਂ ਜਾਣਦਾ ਕਿ ਅੱਜ ਦਿੱਲੀ ਕੀ ਸਾਰੀ ਦੁਨੀਆ ਦੇ ਵਿੱਚ ਕਰੋਨਾ ਪੋਜ਼ਿਟਿਵ ਇਤਨੀ ਦੁਨੀਆ ਹੈ ਐਨੀ ਦੁਨੀਆ ਹੋਈ ਪਈ ਹੈ ਕਰ ਕਰ ਸਰਕਰ ਕਰੋਨਾ ਪੋਜ਼ਿਟਿਵ ਲੋਕ ਵੈਂਟੀਲੇਟਰਾਂ ਤੇ ਪਏ ਨੇ ਮੈਂ ਤੁਹਾਨੂੰ ਦਾਅਵੇ ਨਾਲ ਇਹੀ ਕਹੂੰਗਾ ਇਸ ਕੜੀ ਔਖੀ ਕੜੀ ਦੇ ਮੌਕੇ ਤੇ ਇਸ ਔਖੀ ਕੜੀ ਦੇ ਮੌਕੇ ਤੇ ਜੇ ਅਸੀਂ ਗੁਰੂ ਜੀ ਨੂੰ ਧਿਆਨਿਆ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਸਾਡਾ ਜਿਹੜਾ ਕਸ਼ਟ ਹੈ ਉਹ ਜੇ 100% ਆ ਉਹਦੇ ਵਿੱਚੋਂ 90% ਘਟ ਜਾਂਦਾ 10% ਹੀ ਰਹਿ ਜਾਂਦਾ ਸ਼ਰਤ ਹੈ ਕਿ ਅਸੀਂ ਦਿਲੋਂ ਯਾਦ ਕਰੀਏ ਗੁਰੂ ਜੀ ਕਹਿੰਦੇ ਹੁੰਦੇ ਸੀ ਛੇ ਮੈਂ ਬੰਦੇ ਦਾ 90% ਕਸ਼ਟ ਆਪਣੇ ਉੱਤੇ ਲੈ ਲੈਣਾ 90% ਆਪਣੇ ਉੱਤੇ ਕਸ਼ਟ ਲੈ ਲੈਣਾ 10% ਕਸ਼ਟ ਤਾਂ ਤੁਹਾਨੂੰ ਭੁਗਤਣਾ ਹੀ ਹੈ ਤਾਂ ਕਿ ਦੁਨੀਆਦਾਰੀ ਦੇ ਵਿੱਚ ਜਦੋਂ ਅਸੀਂ ਆਨੇ ਆ ਤਾਂ ਸਾਨੂੰ ਥੋੜਾ ਪਤਾ ਲੱਗਣਾ ਚਾਹੀਦਾ ਵੀ ਕਸ਼ਟ ਕੀ ਹੁੰਦਾ ਪਰ ਮੈਂ ਤੁਹਾਡਾ ਕਸ਼ਟ ਆਪ ਦੇ ਉੱਤੇ ਲੈ ਲੈਣਾ ਮੈਂ ਅੱਜ ਵੀ ਅੱਜ ਵੀ ਵੈਂਟੀਲੇਟਰਾਂ ਦੇ ਉੱਤੇ ਦੁਨੀਆ ਪਈ ਜਿਨ੍ਹਾਂ ਨੇ ਮੰਤਰ ਜਾਪ ਸ਼ੁਰੂ ਕਰਿਆ ਜਾਂ ਜਿਨ੍ਹਾਂ ਨੇ ਜਲ ਪ੍ਰਸ਼ਾਦ ਲੈ ਕੇ ਦਿਲੋਂ ਮੰਤਰ ਜਾਪ ਸ਼ੁਰੂ ਕਰਕੇ ਗੁਰਜੀ ਨੂੰ ਧਿਆਇਆ ਅੱਜ ਜੋ ਕਰੋਨਾ ਫ੍ਰੀ ਹੋ ਗਏ ਨੇ ਉਹਨਾਂ ਨੂੰ ਕੋਈ ਕਰੋਨਾ ਨਹੀਂ ਹੈ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਗੁਰਜੀ ਨੂੰ ਦਿਲੋਂ ਧਿਆਓ ਫਾਰਮਲਟੀਆਂ ਚ ਨਾ ਪਾਓ ਦਿਲੋਂ ਧਿਆਨ ਨਾਲ ਗੁਰੂ ਜੀ ਤੁਸੀਂ 100 ਗਲਤੀ ਕਰਕੇ 1000 ਗਲਤੀ ਕਰਕੇ ਵੀ ਗੁਰੂ ਜੀ ਦੇ ਸ਼ਰਨ ਚ ਆ ਜਾਨੇ ਹੋ ਤਾਂ ਗੁਰੂ ਜੀ ਬles ਕਰਦੇ ਨੇ ਗੁਰੂ ਜੀ ਮਾਫ ਕਰ ਦਿੰਦੇ ਨੇ ਕਿਉਂਕਿ ਗੁਰੂ ਜੀ ਬਹੁਤ ਪੋਲੇ ਸੀ ਮੈਂ ਤੇ ਗੁਰੂ ਜੀ ਤੁਹਾਨੂੰ ਦੱਸਿਆ ਕਿ ਇਕੱਠੇ ਸੌਂਦੇ ਸੀ 16 17 ਸਾਲ ਇੱਕ ਮੰਜੀ ਤੇ ਸੌਂਦੇ ਰਹੇ ਆ ਤਾਂ ਗੁਰੂ ਜੀ ਸਾਰੀ ਰਾਤ ਬੈਠ ਜਾਂਦੇ ਸੀ ਸਾਰੀ ਸਾਰੀ ਰਾਤ ਬੈਠ ਕੇ ਕੋਈ ਤਪੱਸਿਆ ਕਰਦੇ ਸੀ ਪਰ ਮੈਨੂੰ ਨਹੀਂ ਦੱਸਦੇ ਸੀ ਮੈਂ ਕੀ ਕਰਦਾ ਛੋਟੇ ਹੁੰਦੇ ਸੀ ਕੋਈ ਪ੍ਰੋਬਲਮ ਨਹੀਂ ਸੀ ਜਿਉਂ ਉਹ ਵੱਡੇ ਹੁੰਦੇ ਗਏ ਸਾਡੇ ਸਰੀਰ ਵੀ ਵੱਡੇ ਹੋਏ ਮੈਂ ਸਾਰੀ ਰਾਤ ਇੱਕ ਸਾਈਡ ਤੇ ਲੇਟਿਆ ਰਹਿਣਾ ਸੀ ਗੁਰੂ ਜੀ ਆਪਣੀ ਤਪੱਸਿਆ ਕਰਦੇ ਸੀ ਜਿਉਂ-ਜਿਉਂ ਵੱਡੇ ਹੋਏ ਤਾਂ ਮੈਨੂੰ ਪਾਸਾ ਲੈਣਾ ਮੁਸ਼ਕਲ ਹੋ ਜਾਂਦਾ ਸੀ ਕਿਉਂਕਿ ਉਹ ਮੰਝੀ ਸੀ ਜਦ ਗੁਰੂ ਜੀ ਬੈਠ ਜਾਂਦੇ ਸੀ ਮੈਂ ਮਾਰਚ 1970 ਦੀ ਗੱਲ ਹੈ ਮੈਂ ਗੁਰੂ ਜੀ ਨੂੰ ਕਿਹਾ ਗੁਰੂ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਸਾਰੀ ਰਾਤ ਬੈਠ ਕੇ ਕੀ ਕਰਦੇ ਹੋ ਮੈਂ ਬੜੀ ਪਰੇਸ਼ਾਨ ਹੋ ਜਾਂਦਾ ਜਦ ਸਾਰੀ ਰਾਤ ਇੱਕ ਸਾਈਡ ਤੇ ਲੇਟਦਾ ਗੁਰੂ ਜੀ ਕਹਿੰਦੇ ਸ਼ੇਪ ਤੂੰ ਮੇਰਾ ਦੋਸਤ ਹੈ ਚੱਲ ਬੈਠ ਅੱਜ ਮੈਂ ਤੈਨੂੰ ਦੱਸ ਹੀ ਦਿਨਾ ਇਹ ਦੁੱਗਰੀ ਪਿੰਡ ਦੀ ਗੱਲ ਹੈ 1970 ਦੀ ਗੱਲ ਹੈ ਦੁੱਗਰੀ ਪਿੰਡ ਵਿੱਚ ਅਸੀਂ ਰਹਿੰਦੇ ਹੁੰਦੇ ਸੀ ਉਹਨਾਂ ਦੇ ਕਹਿਣ ਤੇ ਮੈਂ ਬੈਠ ਗਿਆ ਸ਼ਿਵ ਅੱਖਾਂ ਬੰਦ ਕਰ ਲਿਆ ਮੈਂ ਕਿਹਾ ਦੋਸਤ ਗੁਰੂ ਜੀ ਹਨੇਰਾ ਇੰਨਾ ਹੈ ਤੁਸੀਂ ਮੈਨੂੰ ਦਿਖਾਈ ਨਹੀਂ ਦੇ ਰਹੇ ਅੱਖਾਂ ਬੰਦ ਕਰਨ ਦੀ ਕੀ ਲੋੜ ਹੈ ਨਹੀਂ ਸ਼ਿਵ ਤੋਂ ਅੱਖਾਂ ਬੰਦ ਕਰ ਲਿਆ ਗੁਰੂ ਜੀ ਦੇ ਜਿਆਦਾ ਕਹਿਣ ਤੇ ਮੈਂ ਅੱਖਾਂ ਬੰਦ ਕਰ ਲੀਆਂ ਸ਼ਿਵ ਅੱਖਾਂ ਖੋਲ ਕੇ ਦੇਖ ਲਾ 10 ਸੈਕਿੰਡ ਬਾਅਦ ਹੀ ਮੈਨੂੰ ਕਹਿੰਦੇ ਅੱਖਾਂ ਖੋਲ ਕੇ ਦੇਖ ਲਾ ਮੈਂ ਕੀ ਕਰਦਾ ਮੈਂ ਹੈਰਾਨ ਹਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜਦੋਂ ਮੈਂ ਅੱਖਾਂ ਖੋਲੀਆਂ ਜਿੱਥੇ ਹਨੇਰਾ ਸੀ ਉੱਥੇ ਚਾਨਣ ਸੀ ਮੇਰੇ ਸਾਹਮਣੇ ਸਾक्षात ਸ਼ਿਵ भोलेनाथ ਜੀ ਦੇ ਰੂਪ ਵਿੱਚ ਗੁਰੂ ਜੀ ਬੈਠੇ ਸੀ ਇਹ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਮੈਂ ਕਿਸੇ ਦੀ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਮੈਂ ਜੋ ਆਪਣੀਆਂ ਅੱਖਾਂ ਨੇ دیکھی ਗੱਲ ਹੈ ਜਾਂ ਮੇਰੇ ਨਾਲ ਫਿਜ਼ੀਕਲ ਫਾਰਮ ਜਿੱਥੇ ਬੀਤੀਆਂ ਨੇ ਮੈਂ ਸਿਰਫ ਉਹੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਉਹ ਸੁਪਨੇ ਦੀਆਂ ਗੱਲਾਂ ਤਾਂ ਮੈਂ ਸਮਝਦਾ ਕਿ ਗੁਰਜੀ ਖੈਰ ਆਪੋ ਆਪਣੇ ਖਿਆਲ ਨੇ ਕੋਈ ਕਹਿੰਦੇ ਨੇ ਵੀ ਸੁਪਨੇ ਚ ਆਏ ਨੇ ਇਹ ਕਹੇ ਕਿ ਗੁਰਜੀ ਐਸੇ ਕਹੇ ਕਿ ਵੈਸੇ ਕਹੇ ਕਿ ਹੋ ਸਕਦਾ ਉਹ ਸੱਚ ਹੋਣ ਪਰ ਮੈਂ ਤਾਂ ਤੁਹਾਨੂੰ ਸਿਰਫ ਇਹੀ ਗੱਲਾਂ ਦੱਸੂਗਾ ਜੋ ਮੇਰੇ ਨਾਲ ਫਿਜ਼ੀਕਲ ਰੂਪ ਚ ਹੋਈਆਂ ਮੇਰੇ ਸਾਹਮਣੇ ਸਾਖਸ਼ਾਤ ਬੋਲੇਨਾਹ ਜੀ ਦੇ ਰੂਪ ਵਿੱਚ ਬੈਠੇ ਸੀ ਪਹਿਲਾਂ ਮੈਂ ਡਰ ਗਿਆ ਬਾਹਰ ਦੇ ਵਿੱਚ ਮੈਂ ਸੋਚਿਆ ਨਹੀਂ ਇਹ ਤਾਂ ਮੈਂ ਕੈਲੰਡਰਾਂ ਤੇ ਫੋਟੋ ਦੇਖਦਾ ਮੰਦਰਾਂ ਦੇ ਵਿੱਚ ਦੇਖਦਾ ਇਹ ਛੇ ਬੋਲੇਨਾਹ ਜੀ ਨੇ ਸਾਖਸ਼ਾਤ ਖੈਰ ਗੁਰਜੀ ਨੇ ਬLES ਕੀਤਾ ਗੁਰਜੀ ਹੱਸੇ ਉਹਨਾਂ ਨੇ ਮੈਨੂੰ ਦੇਖਿਆ ਮੈਂ ਚੁੱਪ-ਚਾਪ ਇੰਨਾ ਡਰ ਗਿਆ ਤਾਂ ਮੈਂ ਅੱਖਾਂ ਬੰਦ ਕਰੀਆਂ ਜਾਂ ਦੁਬਾਰਾ ਚੁੱਪ ਗਿਆ ਫੇਰ ਹਨੇਰਾ ਸੀ ਮੈਨੂੰ ਹਨੇਰੇ 'ਚ ਆਵਾਜ਼ ਆਈ ਮੇਰੇ ਦੋਸਤ ਹੀ ਕਹਿੰਦੇ ਸ਼ਿਵ ਕੁਛ ਹੋਰ ਦੇਖਣਾ ਚਾਹਨਾ ਮੈਂ ਨਹੀਂ ਦੋਸਤ ਮੈਂ ਨਹੀਂ ਕੁਝ ਦੇਖਣਾ ਹੋ ਤੁਸੀਂ ਆਪਣਾ ਕਰਦੇ ਰਹੋ ਮੈਂ ਨਹੀਂ ਅੱਜ ਤਵਾਰ ਤੁਹਾਨੂੰ ਡਿਸਟਰਬ ਕਰਦਾ ਇਸ ਕਰਕੇ ਮੈਂ ਦਾਅਵੇ ਨਾ ਕਹਿਣਾ ਕਿ ਗੁਰੂ ਜੀ ਆਮ ਇਨਸਾਨ ਨਹੀਂ ਸੀ ਗੁਰੂ ਜੀ ਇਨਸਾਨ ਨਹੀਂ ਸੀ ਗੁਰੂ ਜੀ ਭਗਵਾਨ ਸੀ ਸ਼ਿਵ ਬੋਲੇਨਾਥ ਜੀ ਸੀ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਦਿਲੋਂ ਮੰਤਰ ਜਾਪ ਕਰੋ ਅਮਤ ਜੋ ਹੈ ਜਲ ਪ੍ਰਸ਼ਾਦ ਉਹ ਲੋ ਚਮਚਾ ਚਮਚਾ ਘਰ ਦੇ ਵਿੱਚ ਜਲ ਪ੍ਰਸ਼ਾਦ ਦਾ ਮੰਡੇ ਵਾਲ ਦਿਨ ਥੋੜਾ ਛਿੱਟਾ ਦੇ ਦਿਓ ਤੇ ਛਿੱਟਾ ਦੇਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਆਊਗੀ ਗੁਰੂ ਜੀ ਤੁਹਾਡੀ ਨੈਗੇਟਿਵਿਟੀ ਖਤਮ ਕਰਨਗੇ ਜਦੋਂ ਤੁਸੀਂ ਮੰਤਰ ਜਾਪ ਕਰਦੇ ਹੋ ਤੁਹਾਡੇ ਕਸ਼ਟ ਕੱਟ ਜਾਣਗੇ ਬੰਦਾ ਇੱਕ ਮੰਤਰ ਜਾਪ ਵੀ ਕਰਦਾ ਕਰ ਰਿਆ ਤਾਂ ਸਾਰੇ ਪਰਿਵਾਰ ਦੇ ਕਸ਼ਟ ਕੱਟ ਜਾਂਦੇ ਨੇ ਕਿਉਂਕਿ ਗੁਰੂ ਜੀ ਕਹਿੰਦੇ ਸੀ ਸ਼ਿਵ ਮੈਂ بڑا ਮੰਦਰ ਬਣਾਇਆ ਇਹ ਲੋਕਾਂ ਦੇ ਕਸ਼ਟ ਕੱਟਣ ਵਾਸਤੇ ਬਣਾਇਆ बड़े मंदिर ਦੇ ਵਿੱਚ ਗੁਰੂ ਜੀ ਨੇ 12 ਜੋਤੀ ਲਿੰਗਾ ਦੀ ਸ਼ਕਤੀ ਪਾਈ ਆ ਮੈਨੂੰ ਮੈਂ ਜਦੋਂ ਗੁਰੂ ਜੀ ਨੂੰ ਮਿਲਣ ਜਾਂਦਾ ਸੀ ਮੰਦਰ ਬੰਦਾਂ ਹੁੰਦਾ ਸੀ ਤਾਂ ਮੈਂ ਗੁਰੂ ਜੀ ਨੂੰ ਇੱਕ ਵਾਰੀ ਕਹਿ ਮੈਂ ਕਿ ਤੁਸੀਂ ਸ਼ਿਵ ਲਿੰਗ ਬਹੁਤ ਵੱਡਾ ਸ਼ਿਵ ਲਿੰਗ ਏਸ਼ੀਆ ਦਾ ਸਭ ਤੋਂ ਮੈਨੂੰ ਲੱਗਦਾ ਵੱਡਾ ਸ਼ਿਵ ਲਿੰਗ ਹੈ ਕਹਿੰਦੇ ਸ਼ਿਵ ਇਹ ਵੱਡਾ ਨਹੀਂ ਸੋਚ ਤੂੰ ਇਹ ਸੋਚੇ ਦੀ ਸ਼ਕਤੀ ਕੀ ਹੈ ਮੈਂ 12 ਜੋਤੀ ਲਿੰਗਾ ਦੀ ਸ਼ਕਤੀ ਇਹਦੇ ਵਿੱਚ ਪਾਈ ਆ ਜਿਹੜਾ ਇਨਸਾਨ ਇਹਦੇ ਅੰਦਰ ਮੰਤਰ ਜਾਪ ਕਰਦਾ ਕਰਦਾ ਮੱਥਾ ਟੇਕ ਕੇ ਲੰਗਰ ਪ੍ਰਸ਼ਾਦ ਕਰਕੇ ਚਲਾ ਜਾਊਗਾ ਉਹ ਬlesਸ ਹੋ ਜੂਗਾ ਉਹਦਾ ਕਲਿਆਣ ਹੋ ਜੂ ਉਹਦੇ ਕਸ਼ਟ ਕੱਟ ਜਾਣ ਘਰ ਦਾ ਇੱਕ ਪਰਿਵਾਰ ਦਾ ਇੱਕ ਮੈਂਬਰ ਵੀ ਆ ਗਿਆ ਸਾਰੇ ਪਰਿਵਾਰ ਦੇ ਕਸ਼ਟ ਕੱਟ ਦਿੰਦੇ ਨੇ ਸਾਨੂੰ ਲੋਕਾਂ ਨੂੰ ਪਤਾ ਨਹੀਂ ਬlesਸਿੰਗ ਕਿੱਦਾਂ ਲੈਣੀਆਂ ਨੇ ਅਸੀਂ ਲੋਕ ਮੰਦਰ ਦਰਸ਼ਨ ਵਾਸਤੇ ਜਾਂਦੇ ਆ بڑے ਮੰਦਰ ਜਾ ਕੇ ਪਰਿਵਾਰ ਦੀਆਂ ਗੱਲਾਂ ਕਰਦੇ ਰਹਿੰਦੇ ਆ ਮੰਦਰ ਦੇ ਅੰਦਰ ਚਲੇ ਗਏ ਦੋਸਤ ਐ ਤਾਂ ਆਪਣੀ ਦੋਸਤੀ ਦੀਆਂ ਗੱਲਾਂ ਪਰਿਵਾਰ ਆਪਦੇ ਪਰਿਵਾਰ ਦੀਆਂ ਗੱਲਾਂ ਇਹ ਗਲਤ ਗੱਲ ਐ ਜਦੋਂ ਅਸੀਂ ਮੰਦਰ ਮੰਦਰ ਦੇ ਜਾਂਦੇ ਆ ਤਾਂ ਸਾਨੂੰ ਆਪਣੇ ਪਰਿਵਾਰ ਦੀਆਂ ਗੱਲਾਂ ਜਾ ਦੋਸਤ ਮਿੱਤਰਾਂ ਦੀਆਂ ਗੱਲਾਂ ਛੱਡ ਕੇ ਸਿਰਫ ਮੰਤਰ ਜਾਪ ਕਰਨਾ ਹੈ ਮੰਤਰ ਜਾਪ ਕਰਦੇ ਕਰਦੇ ਸਮਾਧੀ ਜਦੋਂ ਗੁਰਜੀ ਹੁੰਦੇ ਸੀ ਉਦੋਂ ਤਾਂ ਸਮਾਧੀ ਨਹੀਂ ਹੁੰਦੀ ਸੀ ਖੈਰ ਅੱਜ ਮੈਂ ਬੜਾ ਮੰਤਰ ਜਪਨੇ ਦੋਸਤ ਨੂੰ ਗੁਰੂ ਜੀ ਨੂੰ ਬਹੁਤ ਮਿਸ ਕਰਦਾ ਜਦੋਂ ਦੀ ਸਮਾਧੀ ਤੇ ਮੈਂ ਜਾਨਣਾ ਦੇਖਦਾ ਕਿ ਦੋਸਤ ਆਪਾਂ ਤਾਂ ਬਹੁਤ ਜ਼ਿੰਦਗੀ ਇਕੱਠੇ ਗੁਜ਼ਾਰੀ ਹੋਈ ਆ ਮੈਂ ਕਿੱਦਾਂ ਦੇਖਾਂ ਤੁਹਾਡੀ ਸਮਾਧੀ ਕਿੱਦਾਂ ਤੁਹਾਡੀ ਖਾਲੀ ਗੱਦੀ ਦੇਖਾਂ ਮੈਨੂੰ ਬੜਾ ਮੈਨੂੰ ਸੱਟ ਲੱਗਦੀ ਆ ਲੋਕਾਂ ਦੇ ਗੁਰੂ ਜੀ ਗਏ ਮੇਰਾ ਤਾਂ ਡਬਲ ਨੁਕਸਾਨ ਹੈ ਕਿ ਗੁਰੂ ਜੀ ਵੀ ਗਏ ਮੇਰਾ ਦੋਸਤ ਵੀ ਨਹੀਂ ਅੱਜ ਪਰ ਇਹ ਪਰ ਜੋ ਕਿ ਗੁਰੂ ਜੀ ਚਲੇ ਗਏ ਗੁਰੂ ਜੀ ਫਿਜ਼ੀਕਲ ਰੂਪ ਵਿੱਚ ਸਾਡੇ ਨਹੀਂ ਹੈ ਪਰ ਉਹਨਾਂ ਦੀ ਪ੍ਰੈਜੈਂਸ ਪਲ-ਪਲ ਸਾਡੇ ਨਾਲ ਹੈ ਮੈਂ ਜਿੱਥੇ ਵੀ ਜਾਂਦਾ ਮੈਂ ਮਹਿਸੂਸ ਕਰਦਾ ਕਿ ਗੁਰੂ ਜੀ ਮੇਰੇ ਨਾਲ ਮੇਰੀਆਂ ਪ੍ਰੋਬਲਮਾਂ ਹੱਲ ਕਰਨ ਵਾਸਤੇ ਸਦਾ ਮੇਰੇ ਨਾਲ ਨੇ ਤੁਸੀਂ ਵੀ ਇਹ ਵਿਸ਼ਵਾਸ ਕਰਨਾ ਕਿ ਜਦੋਂ ਅਸੀਂ ਕਿਤੇ ਵੀ ਜਾਂਦੇ ਹਾਂ ਸਾਡੀ ਕੋਈ ਵੀ ਪ੍ਰੋਬਲਮ ਹੈ ਪਰਸ਼ਾਵੇਂ ਦੀ ਤਰ੍ਹਾਂ ਗੁਰੂ ਜੀ ਸਾਡੇ ਨਾਲ ਚੱਲਦੇ ਨੇ ਸਾਡੀਆਂ ਪ੍ਰੋਬਲਮਾਂ ਹੱਲ ਕਰਦੇ ਨੇ ਪੰਪ ਪਾਲ ਸਾਡੇ ਨਾਲ ਨੇ ਜਿਹੜਾ بڑا ਮੰਦਰ ਹੈ ਜਦੋਂ ਤੁਸੀਂ ਜਾਣਾ ਮੰਦਰ ਦੇ ਅੰਦਰ ਗੱਲਾਂ ਨਹੀਂ ਕਰਨੀਆਂ ਤੁਸੀਂ ਸਿਰਫ ਮੰਤਰ ਜਾਪ ਕਰਦੇ ਕਰਦੇ ਜਾਣਾ ਮੰਤਰ ਜਾਪ ਕਰਦੇ ਕਰਦੇ ਮੱਥਾ ਟੇਕਣਾ ਜੇ ਸੇਵਾਦਾਰਾਂ ਨੇ ਤੁਹਾਨੂੰ ਕੁਝ ਕਿਹਾ ਤਾਂ ਚੁੱਪਚਾਪ ਕੋਈ ਨਹੀਂ ਉਹ ਵੀ ਡਿਸਪੀਸਪਲਨ ਰੱਖਣਾ ਜ਼ਰੂਰੀ ਹੈ ਤੁਸੀਂ ਸੇਵਾਦਾਰਾਂ ਦੀ ਗੱਲ ਸੁਣੋ ਪ੍ਰੋਪਰ ਦਰਸ਼ਨ ਕਰੋ ਜੇ ਅੰਦਰ ਜਗ੍ਹਾ ਹੈਗੀ ਆ ਤੁਸੀਂ ਬੈਠ ਜਾਓ ਨਹੀਂ ਜਗ੍ਹਾ ਹੈ ਤਾਂ ਜਬਰ ਜਵਰਸਤੀ ਨਹੀਂ ਹੈ ਕਿ ਬੈਠਣਾ ਹੀ ਹੈ ਮੈਂ ਤਾਂ ਲੜਾਈ ਨਹੀਂ ਕਰਨੀ ਉੱਥੇ ਮੰਦਰ ਜਾ ਕੇ ਜੋ ਸੇਵਾਦਾਰ ਕਹਿੰਦੇ ਨੂੰ ਸੁਣੋ ਉਸ ਤੋਂ ਬਾਅਦ ਲੰਗਰ ਪ੍ਰਸ਼ਾਦ ਕਰੋ ਲੰਗਰ ਪ੍ਰਸ਼ਾਦ ਕਰਦੇ ਮੰਤਰ ਜਾਪ ਕਰਦੇ ਬਾਹਰ ਚਲੇ ਜਾਓ ਮੈਂ ਦਾਅਵੇ ਨਾ ਕਰਾਂ ਉਹ ਬੰਦਾ ਕਿਹੜਾ ਜਿਹੜਾ ਬles ਨਹੀਂ ਹੁੰਦਾ ਇਸ ਕਰਕੇ ਮੰਦਰ ਦਾ ਜਿਹੜਾ ਇਹ ਮੱਥਾ ਟੇਕਣਾ ਇਹ ਮੈਂ ਤੁਹਾਨੂੰ ਦੱਸਿਆ ਕਿੱਦਾਂ ਟੇਕਣਾ ਦੂਸਰੀ ਗੱਲ ਗੁਰੂ ਜੀ ਬਹੁਤ ਪੌਲੀ ਸੀ ਤੁਸੀਂ ਲੱਖ ਗਲਤੀ ਕਰ ਲਓ ਹਜ਼ਾਰ ਗਲਤੀ ਕਰ ਲਓ ਪਰ ਗੁਰੂ ਜੀ ਕੋਲੇ ਆ ਕੇ ਸ਼ਰਨ ਦੇ ਵਿੱਚ ਤੁਸੀਂ ਸੱਚੇ ਦਿਲੋਂ ਆਪਣੇ ਆਪ ਨੂੰ ਮਾਫੀ ਮੰਗੋਗੇ ਕਿ ਗੁਰੂ ਜੀ ਮੈਂ ਅੱਗੇ ਤੋਂ ਮੇਰੇ ਤੋਂ ਗਲਤੀ ਨਹੀਂ ਹੋਊਗੀ ਤਾਂ ਗੁਰੂ ਜੀ ਬles ਕਰਦੇ ਨੇ ਤੁਹਾਨੂੰ ਮਾਫ ਕਰਦੇ ਨੇ ਬਾਕੀ ਮੈਂ ਨਾ ਤਾਂ ਕੋਈ ਗਿਆਨੀ ਬੰਦਾ ਨਾ ਮੈਂ ਵਿਦਵਾਨ ਆ ਕੋਈ ਮੈਂ ਤਾਂ ਇੱਕ ਗੁਰੂ ਜੀ ਦਾ ਸਿਰ ਛੋਟਾ ਜਿਹਾ ਦੋਸਤ ਹੈ ਜੋ ਬਚਪਨ ਬੀਤਿਆ ਇਕੱਠੇ ਰਹੇ ਤੇ ਇਕੱਠੇ ਦੋਸਤੀ ਨਿਭਾਉਂਦੇ ਰਹੇ ਉਸ ਤੋਂ ਬਾਅਦ ਗੁਰੂ ਜੀ ਭਗਵਾਨ ਤੇ ਮੈਨੂੰ ਸਮਝ ਨਹੀਂ ਆਇਆ ਸੀ ਕਿਉਂਕਿ ਗੁਰੂ ਜੀ ਨੇ ਮੈਨੂੰ ਆਪਣੇ ਭਲੇਖੇ ਵਿੱਚ ਹੀ ਰੱਖਿਆ ਕਿ ਸ਼ਿਵ ਤੇਰਾ ਦੋਸਤ ਤੇਰਾ ਦੋਸਤ ਹੀ ਹੈ ਪਰ ਅੱਜ ਮੈਂ ਮਹਿਸੂਸ ਕਰਦਾ ਹਾਂ ਦੋਸਤ ਤੁਹਾਡੀ ਬਲੇਸਿੰਗਸ ਦੇ ਨਾਲ ਅੱਜ ਮੈਂ ਚੱਲ ਰਿਹਾ ਅੱਜ ਮੇਰੀ ਉਮਰ 60 ਸਾਲ ਹੈ ਪਰ ਫਿਰ ਵੀ ਮੈਂ satsang ਤੇ ਜਦੋਂ ਕੋਈ ਬੁਲਾਉਂਦਾ ਮੈਨੂੰ ਮੈਂ ਚਲਾ ਜਾਣਾ ਇਹੀ ਸੋਚ ਕੇ ਗੁਰੂ ਜੀ ਦਾ ਹੁਕਮ ਹੈ ਮੈਂ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦਾ ਮੈਂ ਤੁਹਾਨੂੰ ਵੀ ਕਹੂੰਗਾ ਕਿ ਅੱਜ ਔਖੀ ਘੜੀ ਵੇਲੇ ਕਰੋਨਾ ਦੇ ਟਾਈਮ ਦੇ ਵਿੱਚ ਘਰ ਘਰ ਦਿੱਲੀ ਕੀ ਬਾਹਰ ਗਾਜ਼ੀਆਬਾਦ ਜਿੱਥੇ ਮੈਂ ਜਾਂ ਸੁਣਦਾ ਬਹੁਤ ਸੰਗਤ ਪਈ ਆ ਪਰ ਮੈਂ ਤੁਹਾਨੂੰ ਇੰਨੀ ਕਿੰਨੀ ਸੰਗਤ ਗਿਣਾਦਾ ਜਿਨ੍ਹਾਂ ਨੇ ਗੁਰੂ ਜੀ ਦਾ ਮੰਤਰ ਜਾਪ ਕਰਿਆ ਗੁਰਜੀ ਨੂੰ ਤੇ ਆਇਆ ਉਹ ਅੱਜ ਹਸਪਤਾਲਾਂ ਚੋਂ ਵਾਪਸ ਕਰਨਾ ਚਾਗੇ ਨੇ ਠੀਕ ਹੋ ਗਏ ਤੁਹਾਨੂੰ ਵੀ ਕਹੂੰ ਜੇ ਕੋਈ ਕਰੋਨਾ ਪੋਜ਼ਿਟਿਵ ਹੈ ਗੁਰੂ ਜੀ ਕਹਿੰਦੇ ਹੁੰਦੇ ਸੀ ਕਿ ਸ਼ਿਫ ਥੋੜਾ ਘਰੇ ਘਰੇਲੂ ਲਾਜਵੀ ਕਰ ਲੈਣਾ ਚਾਹੀਦਾ ਹੈ ਸਟੀਮ ਲਾਓ ਗਰਾਰੇ ਕਰੋ ਥੋੜਾ ਕੜਾ ਲੈ ਲਓ ਗੁਰੂ ਜੀ ਦਾ ਆਸ਼ੀਰਵਾਦ ਵੀ ਨਾਲ ਲੈ ਲਓ ਉਹਨਾਂ ਦਾ ਮੰਤਰ ਜਾਪ ਕਰੋ ਤੁਹਾਡੀ ਘਰੀ ਪ੍ਰੋਬਲਮ ਹੱਲ ਹੋ ਜਾਣਗੀਆਂ ਘਰੀ ਕਰੋਨਾ ਖਤਮ ਹੋ ਜਾਊਗਾ ਹਸਪਤਾਲ ਜਾਣ ਦੀ ਲੋਕ ਤੇ ਨਹੀਂ ਆਣੀ ਗੁਰੂ ਜੀਓ ਸ਼ਕਤੀ ਨੇ ਬਾਕੀ ਅੱਜ ਸਭ ਲੋਕ ਘਰਾਂ ਦੇ ਵਿੱਚ ਨੇ ਬਹੁਤ ਬਹੁਤ ਦੁਖ ਦੀ ਗੱਲ ਹੈ ਅੱਜ ਸਤਸੰਗ ਲਾਈਵ ਹੋ ਰਹੇ ਨੇ ਕਿਤੇ ਫਿਜ਼ੀਕਲ ਹੋ ਰਹੇ ਸੀ ਇਸ ਕਰਕੇ ਬੜੇ ਦੁੱਖ ਦੀ ਗੜੀ ਅੱਜ ਪਰ ਇਹ ਦੁੱਖ ਦੀ ਗੜੀ ਦੇ ਵਿੱਚ ਸਾਨੂੰ ਗੁਰੂ ਜੀ ਨੂੰ ਧਿਆਨਾ ਚਾਹੀਦਾ ਹੈ ਗੁਰੂ ਦਾ ਮੰਤਰ ਜਾਪ ਕਰਨਾ ਚਾਹੀਦਾ ਹੈ ਗੁਰੂ ਜੀ ਸਤਸੰਗ ਕਰਨੇ ਚਾਹੀਦੇ ਨੇ ਤਾਂ ਕਿ ਗੁਰੂ ਜੀ ਦੀ ਬਲੇਸਿੰਗ ਸੰਗਤ ਸੰਗਤ ਤੋਂ ਤਾਂ ਹੈ ਹੀ ਹੈੀ ਬਾਕੀ ਆਮ ਪਬਲਿਕ ਦੇ ਵੀ ਗੁਰੂ ਜੀ ਦੀ ਬਲੇਸਿੰਗ ਹੋਣ ਕਿ ਮਹਾਮਾਰੀ ਤੋਂ ਸਾਨੂੰ ਬਾਹਰ ਨਿਕਾਲੇ ਮੈਂ ਗੁਰੂ ਜੀ ਅੱਗੇ ਦੁਆ ਕਰਦਾ ਗੁਰੂ ਜੀ ਇਹ ਜਿਹੜਾ ਅੱਜ ਸੰਕਟ ਸਾਡੇ ਤੇ ਚੱਲ ਰਿਹਾ ਅਸੀਂ ਲੋਕ ਘਰਾਂ ਦੇ ਵਿੱਚ ਬੈਠਿਆਂ ਡਰਦੇ ਬਾਹਰ ਨਹੀਂ ਨਿਕਲ ਰਹੇ ਲੋਕਡਾਊਨ ਲੱਗੇ ਹੋਏ ਨੇ ਸਤਸੰਗ ਘਰਾਂ ਦੇ ਵਿੱਚ ਜਿਹੜੇ ਹੋ ਰਹੇ ਸੀ ਇਕੱਠੇ ਹੋ ਗਏ ਸਤਸੰਗ ਹੋ ਰਹੇ ਸੀ ਉਹ ਸਭ ਆਨਲਾਈਨ ਹੋ ਰਹੇ ਨੇ ਇਹ ਦੁਆਰਾ ਗੁਰੂ ਜੀ ਲੋਕਾਂ ਦੇ ਉੱਤੋਂ ਇਹ ਜਿਹੜਾ ਕਹਿਰ ਜਿਹੜੀ ਦੁਖਰੀ ਕੜੀ ਹੈ ਇਹਨੂੰ ਖਤਮ ਕਰੋ ਕਰੋਨਾ ਨੂੰ ਕਹਿਰ ਨੂੰ ਦੂਰ ਕਰੋ ਤੇ ਸਾਰੀ ਸੰਗਤ ਨੂੰ ਬles ਕਰੋ ਮੈਂ ਇਹੀ ਦੁਆ ਕਰਦਾ ਹੋਇਆ ਇਹੀ ਚਾਨਣਾ ਕਿ ਗੁਰੂ ਜੀ ਦੇ ਕੋਲੇ ਅਰਦਾਸ ਕਰਦਾ ਕਿ ਅੱਜ ਗੁਰੂ ਜੀ ਮੈਂ ਤੁਹਾਨੂੰ ਆਪਣਾ ਦੋਸਤ ਤਾਂ ਨਹੀਂ ਕਹੂੰਗਾ ਕਿਉਂਕਿ ਤੁਸੀਂ ਤਾਂ ਭਗਵਾਨ ਹੋ ਮੈਂ ਤਾਂ ਇੱਕ ਛੋਟਾ ਜਿਹਾ ਸ਼ੇਖ ਕੁਮਾਰ ਹਾਂ ਉਹ ਤੁਹਾਡੇ ਸਾਹਮਣੇ ਤੁਹਾਡਾ ਬਚਪਨ ਦਾ ਦੋਸਤ ਇਹ ਅਰਦਾਸ ਕਰਦਾ ਕਿ ਜਿਨ੍ਹਾਂ ਦੇ ਸੰਗਤ ਦੇ ਚਾਹੇ ਸੰਗਤ ਹੈ ਚਾਹੇ ਕੋਈ ਵੀ ਹੈ ਜੋ ਹਸਪਤਾਲਾਂ ਦੇ ਵਿੱਚ ਪਏ ਨੇ ਘਰਾਂ ਦੇ ਵਿੱਚ ਪਏ ਨੇ ਕਰੋਨਾ ਪੋਜ਼ਿਟਿਵ ਗੁਰੂ ਜੀ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੋ ਉਹਨਾਂ ਨੂੰ ਬles ਕਰੋ ਉਹਨਾਂ ਦੇ ਕਸ਼ਟ ਦੂਰ ਕਰੋ ਕਿਉਂਕਿ ਤੁਹਾਡੀ ਸੰਗਤ ਅੱਜ ਬਹੁਤ ਪਰੇਸ਼ਾਨ ਹੈ ਅੱਜ ਤੁਹਾਡੇ ਤੇ ਉਮੀਦਾਂ ਨੇ ਲੋਕਾਂ ਨੂੰ ਇਸ ਕਰਕੇ ਮੈਂ ਤੁਹਾਡੇ ਕੋਲੇ ਬਾਰ ਬਾਰ ਗੁਰੂ ਜੀ ਅਰਦਾਸ ਕਰਦਾ ਅਰਦਾਸ ਹੀ ਕਰੂੰਗਾ ਮੈਂ ਤਾਂ ਕਿ ਗੁਰੂ ਜੀ ਕਸ ਕਰੋ ਕਿ ਬles ਕਰੋ ਖਰਕਾਰ ਵਿੱਚ ਹਸਿਆ ਖੁਸ਼ੀਆਂ ਖੇਡਣ ਸਾਰੇ ਗੁਰੂ ਜੀ ਸਾक्षात भोलेनाथ ਜੀ ਤੇ ਇਹਨਾਂ ਵਾਸਤੇ ਕੁਝ ਵੀ ਇੰਪੋਸੀਬਲ ਨਹੀਂ ਹੈ ਕਿਉਂਕਿ ਗੁਰੂ ਜੀ ਦੀ ਡਿਕਸ਼ਨਰੀ ਵਿੱਚ ਗੁਰੂ ਜੀ ਦੀ ਡਿਕਸ਼ਨਰੀ ਵਿੱਚ ਇਹ ਸੀ ਕਿ ਪੋਸੀਬਲ ਹੀ ਨਹੀਂ ਸੀ ਉਹ ਕਿਹੜੀ ਸੀ ਗੱਲ ਜਿਹੜੀ ਇੰਪੋਸੀਬਲ ਉਹ ਸਾਹਮਣੇ ਹੁੰਦੀ ਜਿੱਥੇ ਜਿੱਥੇ ਆਕੇ ਸਾਡੀ ਸਾਇੰਸ ਫੇਲ ਹੋ ਜਾਂਦੀ ਸੀ ਜਿੱਥੇ ਆਕੇ ਸਾਡੀ ਸਾਇੰਸ ਕਹਿੰਦੀ ਸੀ ਕਿ ਜੀ ਇੱਥੇ ਇਲਾਜ ਕੋਈ ਹੈ ਹੀ ਨਹੀਂ ਤਾਂ ਗੁਰੂ ਜੀ ਉਥੋਂ ਬLES ਕਰਦੇ ਸੀ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਇਸ ਦੁੱਖ ਦੀ ਕੜੀ ਸਵੇਰੇ ਉੱਠੋ ਸਵੇਰੇ ਉੱਠ ਕੇ ਜਿਸ ਟਾਈਮ ਮਰਜੀ ਉੱਠੋ ਜ਼ਰੂਰੀ ਨਹੀਂ ਕਿ ਅਮਰਤ ਵੇਲਾ ਕਰਨਾ ਹੈ ਤੁਸੀਂ ਜਿਸ ਟਾਈਮ ਵੀ ਉੱਠਦੇ ਹੋ ਮੁਰਲੀ ਕਰਕੇ ਆਪਣੇ ਬੈੱਡ ਤੇ ਬੈਠ ਜਾਓ ਮੰਤਰ ਜਾਪ ਕਰੋ ਗੁਰੂ ਜੀ ਕੋਲ ਅਰਦਾਸ ਕਰੋ ਕਿ ਗੁਰੂ ਜੀ ਸਾਨੂੰ ਇਸ ਕਸ਼ਟਾਂ ਚੋਂ ਕੱਢੋ ਗੁਰੂ ਜੀ ਇਸ ਕਸ਼ਟਾਂ ਚੋਂ ਕੱਢਣਗੇ ਮੈਂ ਤੁਹਾਨੂੰ ਬਾਰ ਬਾਰ ਇਹੀ ਕਹੂੰਗਾ ਕਿ ਗੁਰੂ ਜੀ ਵਾਸਤੇ ਇੰਪੋਸੀਬਲ ਕੁਝ ਵੀ ਨਹੀਂ ਹੈ ਗੁਰੂ ਜੀ ਤੁਹਾਨੂੰ ਬLES ਕਰਨ ਤੁਹਾਨੂੰ ਇਸ ਕਸ਼ਟਾਂ ਚੋਂ ਕੱਢਣ ਕਿਉਂਕਿ ਇਹ ਬਹੁਤ ਮੁਸ਼ਕਲ ਦੀ ਕੜੀ ਹੈ ਬਾਕੀ ਇਸ ਕੜੀ ਤੇ ਮੈਂ ਹੁਣ ਕੋਈ ਜ਼ਿਆਦਾ ਨਹੀਂ ਕਹਿਣਾ ਕਿਉਂਕਿ ਸਤਸੰਗ ਤਾਂ ਮੇਰੇ ਤੋਂ ਸਤਸੰਗ ਤੁਸੀਂ ਸਾਰਿਆਂ ਨੇ ਲਗਭਗ ਸੁਣੀ ਨੇ ਮੇਰੀ ਤਾਂ ਉਹੀ ਸਚਾਈ ਹੈ ਜਿਹੜੀ ਜ਼ਿੰਦਗੀ ਵਿੱਚ ਫਿਜ਼ੀਕਲ ਰੂਪ ਚੋਈ ਸੁਪਨੇ ਨਹੀਂ ਗੱਲਾਂ ਨਹੀਂ ਕਰਦਾ ਮੈਂ ਕਿਉਂਕਿ ਸੁਪਨਿਆਂ ਦੇ ਵਿੱਚ ਤਾਂ ਮੇਰੇ ਬਹੁਤ ਵਾਰ ਗੁਰੂ ਜੀ ਆਂਦੇ ਨੇ ਉਹੀ ਬਚਪਨ ਦੇ ਵਿੱਚ ਅਸੀਂ ਜਾ ਰਹਾਂ ਆ ਰਹਾਂ ਹੱਸ ਰਹਾਂ ਖੇਡ ਰਹਾਂ ਛੋਟੇ ਛੋਟੇ ਆਂ ਦੁਗਰੀ ਪਿੰਡ ਦੀਆਂ ਗਲੀਆਂ ਦੇ ਵਿੱਚ ਖੇਡ ਰਹਾਂ ਗੁਰੂ ਜੀ ਜਾਣੀ ਜਾਨ ਸੀ ਗੁਰੂ ਜੀ ਜਾਣੀ ਜਾਨ ਸੀ ਕਿ ਕੀ ਹੋਣਾ ਹੈ ਅੱਜ ਗੁਰੂ ਜੀ ਨੇ ਜੋ ਕਿਹਾ ਸੀ ਕਿਸੇ ਟਾਈਮ ਤੇ ਕਿ ਸ਼ਿਵ ਬਹੁਤ ਔਖਾ ਟਾਈਮ ਆਊਗਾ ਬਹੁਤ ਮਾੜਾ ਟਾਈਮ ਆਊਗਾ ਲੋਕ ਘਰਾਂ ਦੇ ਵਿੱਚ ਕਰਾਂ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਣਗੇ ਪਰ ਉਹੀ ਬਚਣਗੇ ਜਿਨ੍ਹਾਂ ਨੇ ਭਗਵਾਨ ਦਾ ਨਾਮ ਲਿਆ ਸੱਚੇ ਦਿਲ ਤੋਂ ਜਿਹੜੇ ਫਰਾਡ ਕਰਦੇ ਨੇ ਜਾਂ ਗਲਤ ਕੰਮ ਕਰਦੇ ਨੇ ਮੈਂ ਤਾਂ ਗੁਰੂ ਜੀ ਦੁਆ ਕਰਦਾ ਤੁਸੀਂ ਆਪਣੀ ਸਾਰੀ ਸੰਗਤ ਤੇ ਜਿਹੜੀ ਜੀ ਵੀ ਹੈ ਬles ਕਰਵਾਜ ਅੱਜ ਬਹੁਤ ਦੁੱਖ ਦੀ ਘੜੀ ਹੈ ਇਸ ਸੋਨੀ ਕਥੂਰੀਆ ਬੇਟੀ ਹੈ ਇਹਨਾਂ ਨੇ satsang ਰੱਖਿਆ ਮੈਂ ਤਾਂ ਬੜੇ ਸਾਲ ਤੋਂ satsang ਆਨਲਾਈਨ ਨਹੀਂ ਆਇਆ ਸੀ ਪਰ ਅੱਜ ਜਦੋਂ ਮੈਂ ਦੇਖਦਾ ਕਿ ਦੁਨੀਆ ਦੇ ਉੱਤੇ ਘਰ ਘਰ ਕਸ਼ਟ ਹੋਇਆ ਪਿਆ ਪਿਛਲੇ ਸਾਲ ਤਾਂ ਨਹੀਂ ਸੀ ਪਰ ਇਸ ਵਾਰੀ ਜਿੰਨਾ ਪੋਜ਼ਿਟਿਵ ਕਰੋਨਾ ਆ ਰਿਹਾ ਇੱਥੇ ਗੁਰੂ ਜੀ ਤੁਸੀਂ ਬਹੁਤ ਕਲਿਆਣ ਕਰੋ ਦੁਨੀਆ ਦਾ ਇਹਨਾਂ ਨੂੰ ਬਖਸ਼ ਬਖਸ਼ ਦੋ ਮਾਫ ਕਰ ਦਿਓ ਜੋ ਵੀ ਕਿਸੇ ਤੋਂ ਕੋਈ ਗਲਤੀ ਹੋਵੇ ਬਾਕੀ ਹੁਣ ਮੈਂ ਲੰਬਾ ਨਹੀਂ ਕਹਿੰਦਾ ਕਿਉਂਕਿ ਸਾਡੇ ਵੀ ਮੇਰਾ ਹੁਣ ਇਸ ਤੋਂ ਬਾਅਦ ਸਿੱਡਣੀ 10 ਮਿੰਟ ਬਾਅਦ ਹੀ ਸਿੱਡਣੀ satsang ਹੈ ਤੇ ਬਾਕੀ ਫੇਰ ਜਦੋਂ ਵੀ ਟਾਈਮ ਲੱਗਦਾ ਮੈਂ ਸੋਹਣੀਆਂ ਬੇਟੀਆਂ ਦੀ ਕਹਨ ਤੇ ਆਨਲਾਈਨ ਜ਼ਰੂਰ ਆਉਂਗਾ ਪਰ ਗੁਰੂ ਜੀ ਕੋਲ ਮੈਂ ਬਾਰ ਬਾਰ ਹੀ ਅਰਦਾਸ ਕਰੂੰਗਾ ਕਿ ਗੁਰੂ ਜੀ ਇਹ ਦੁੱਖ ਦੀ ਕੜੀ ਹੈ ਜਿਹੜੀ ਕਰੋਨਾ ਤੁਸੀਂ